Hi everyone, I am Dr. Gurjeet from Greenland Immigration. ਅੱਜ ਦੀ ਡੇਟ ਦੇ ਵਿੱਚ IELTS ਦੇ ਰਿਜ਼ਲਟਸ ਨੂੰ ਦੇਖਦੇ ਹੋਏ ਬਹੁਤ ਹੀ ਡਾਇਲੇਮਾ ਦੇ ਵਿੱਚ ਨੇ ਕੈਂਡੀਡੇਟਸ, ਕਿਉਂਕਿ ਸਪੀਕਿੰਗ ਮੋਡਿਊਲ ਤੇ ਰਾਈਟਿੰਗ ਮੋਡਿਊਲ ਦੇ ਵਿੱਚ ਮੋਸਟਲੀ ਕਿਸੇ ਇੱਕ ਦੇ ਵਿੱਚ ਕੈਂਡੀਡੇਟ ਦਾ 5.5 ਬੈਂਕ ਸਕੋਰ ਹੈ ਜਾਂ ਦੋਨਾਂ ਦੇ ਵਿੱਚ 5.5 ਹੈ ਜੇ ਰੀਡਿੰਗ ਲਿਸਨਿੰਗ ਕਲੀਅਰ ਹੋ ਵੀ ਗਿਆ ਤਾਂ। ਐਂਡ ਦੇ ਕਮ ਐਂਡ ਆਸਕ ਮੀ ਕਿ ਮੈਮ ਪੀਟੀ ਤੇ IELTS ਵਿੱਚੋਂ ਕਿਹੜਾ ਬਿਹਤਰ ਹੈ। ਜੇ ਆਪਾਂ ਡਿਫੀਕਲਟੀ ਦੀ ਗੱਲ ਕਰੀਏ ਤੇ ਪੀਟੀ ਇਜ਼ ਮੱਚ ਈਜ਼ੀਅਰ ਇਫ ਯੂ ਕੰਪੇਅਰ ਇਟ ਵਿਦ IELTS, ਬਟ ਬਿਹਤਰੀ ਦੀ ਜੇ ਗੱਲ ਕਰੀਏ ਕਿ ਮੈਮ ਅਸੀਂ ਚੂਜ਼ ਕਿਹੜਾ ਕਰੀਏ, ਦੋਨਾਂ ਐਗਜ਼ਾਮਸ ਦੀ ਆਪਣੀ ਆਪਣੀ ਇੰਪੋਰਟੈਂਸ ਹੈ ਇਨ ਮਾਈ ਓਪੀਨੀਅਨ। ਇਫ ਯੂ ਟਾਕ ਅਬਾਊਟ ਆਸਟ੍ਰੇਲੀਆ, ਆਸਟ੍ਰੇਲੀਆ ਦੇ ਵਿੱਚ ਪੀਟੀ ਇੱਕ ਆਪਣੀ ਜਗ੍ਹਾ ਤੇ ਇੰਪੋਰਟੈਂਸ ਰੱਖਦੀ ਹੈ। ਇਫ ਯੂ ਟਾਕ ਅਬਾਊਟ ਕੈਨੇਡਾ, ਕੈਨੇਡਾ ਦੇ ਵਿੱਚ ਪੀਟੀ ਦੇ ਨਾਲ ਨਾਨ SDS ਕੈਟੇਗਰੀ ਦੇ ਵਿੱਚ ਫਾਈਲ ਲੱਗਦੀ ਹੈ ਐਂਡ IELTS ਦੇ ਨਾਲ SDS ਕੈਟੇਗਰੀ ਦੇ ਵਿੱਚ ਫਾਈਲ ਲੱਗਦੀ ਹੈ। ਸੋ ਦੋਨੋਂ ਐਗਜ਼ਾਮਸ ਨੂੰ ਜੇ ਆਪਾਂ ਕੰਪੇਅਰ ਕਰੀਏ ਕਿ ਵਿਚ ਵਨ ਆਫ ਦੈਮ ਇਜ਼ ਬੈਟਰ, ਇਟ ਡਿਪੈਂਡ ਕਰਦਾ ਹੈ ਕਿ ਤੁਹਾਡੀ ਪ੍ਰੈਫਰਡ ਡੈਸਟੀਨੇਸ਼ਨ ਜਾਂ ਤੁਹਾਡੀ ਪੜ੍ਹਨ ਦੀ ਜਿਹੜੀ ਪ੍ਰੈਫਰਡ ਡੈਸਟੀਨੇਸ਼ਨ ਹੈ ਸਟੱਡੀ ਦੇ ਵਾਸਤੇ ਉਹ ਕਿਹੜੀ ਹੈ ਐਂਡ ਦੇਅਰ ਬਾਏ ਯੂ ਕੈਨ ਬੈਟਰ ਡਿਸਾਈਡ ਕਿ ਕਿਹੜਾ ਐਗਜ਼ਾਮ ਤੁਹਾਨੂੰ ਐਂਟਰੈਂਸ ਟੈਸਟ ਜਾਂ ਸਕਰੀਨਿੰਗ ਟੈਸਟ ਚੂਜ਼ ਕਰਨਾ ਚਾਹੀਦਾ ਹੈ। ਥੈਂਕ ਯੂ।